ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੋਟੀ ਤਬਲਾ ਮੇਕਰ ਦਿੱਲੀ ਤੋਂ ਆਪ ਜੀ ਦਾ ਹਰਮਨ ਪਿਆਰਾ। ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਜੋ ਮੈਨੂੰ ਦੇਸਾਂ ਪਰਦੇਸਾਂ ਤੋਂ ਮੇਰੇ ਗੁਰੂ ਘਰ ਦੇ ਕੀਰਤਨੀਏ ਆਰਟਿਸਟ ਤਬਲਾ ਲਵਰਸ ਜੋ ਮੈਨੂੰ ਸਪੋਰਟ ਕਰ ਰਹੇ ਨੇ, ਮੈਂ ਸਭ ਦਾ ਥੈਂਕਸ ਕਹਿੰਦਾ ਵਾਂ। ਅਤੇ ਮੇਰਾ ਯੂਟਿਊਬ ਚੈਨਲ ਜੋਟੀ ਤਬਲਾ ਮੇਕਰ ਸਬਸਕ੍ਰਾਈਬ ਕਰੋ, ਬੈਲ ਆਈਕੋਨ ਵਜਾਓ ਕਿ ਉਹਦੇ ਵਿੱਚ ਆਉਣ ਵਾਲੇ ਹੋਰ ਆਪ ਜੀ ਤਬਲੇ ਆਪ ਜੀ ਦੇ ਸਨਮੁੱਖ ਰੱਖਾਂ, ਹੋਰ ਕੁਆਲਿਟੀ, ਹੋਰ ਜੋ ਮੈਂ ਨਵੀਆਂ ਚੀਜ਼ਾਂ ਬਣਾ ਰਿਹਾ ਵਾਂ ਆਪ ਜੀ ਦੇ ਚਰਨਾਂ ਵਿੱਚ ਰੱਖਾਂ। ਅਤੇ ਇਹ ਮੇਰੇ ਕੋਲ ਮੇਰੇ ਬ੍ਰਦਰ ਆਏ ਨੇ ਸਾਊਥ ਅਮੈਰੀਕਾ ਤੋਂ, ਕੇਸ਼ਵ ਸ਼ੰਕਰ ਜੀ। ਅਤੇ ਇਹ ਬਹੁਤ ਹੀ ਅੱਛਾ ਗਾਉਂਦੇ ਵੀ ਨੇ ਅਤੇ ਤਬਲਾ ਵੀ ਵਜਾਉਂਦੇ ਨੇ। ਮੈਂ ਬੜਾ ਹੀ ਖੁਸ਼ ਹਾਂ ਕਿ ਇਹ ਇੰਨੀ ਦੂਰ ਪ੍ਰਦੇਸ਼ ਦੇ ਵਿੱਚ ਧਰਤੀ 'ਤੇ ਪੈਦਾ ਹੋ ਕੇ ਸੰਗੀਤ ਨਾਲ ਜੁੜੇ ਨੇ, ਗੁਰੂ ਨਾਲ ਜੁੜੇ ਹੋਏ ਨੇ। ਅਤੇ ਮੈਂ ਇਹਨਾਂ ਵਾਸਤੇ ਕੁਛ ਤਬਲੇ ਤਿਆਰ ਕੀਤੇ ਨੇ, ਇੱਕ ਸਪੈਸ਼ਲ ਟਰੋਲੀ ਵਾਲਾ ਬੈਗ, ਸਪੈਸ਼ਲ ਐਮਬਰੋਡਰੀ ਪਾਇਆ ਬੋਂਬੇ ਕਾਰ, ਔਰ ਸਪੈਸ਼ਲ ਹੈ ਪਹਿਲੇ ਕਾਲੇ ਦਾ ਤਬਲਾ। ਦੇਖੋ ਹੁਣ ਜਾ ਕੇ ਨੀ ਹਾਂ ਸੁੱਕੀ ਹੋਣਾ ਸਾਊਂਡ, ਦੇਖੋ ਪੂਰਾ ਪਖਾਵਤ ਸਾਊਂਡ। ਸਪੈਸ਼ਲ ਮੇਰੀ ਪਿਕੋਕ ਹੈਮਰ ਬਰਾਸ ਹਾਫ ਕੇ ਜੀ ਸਿਲਵਰ ਕਲਰ, ਐਂਡ ਸਪੈਸ਼ਲ ਮਾਈ ਟ੍ਰਾਂਸਪੇਰੈਂਟ ਗਿੱਟੀ, ਔਰ ਕੁਛ ਸਕਿਨ ਭਾਜੀ ਵਾਸਤੇ ਐਕਸਟਰਾ ਮੈਂ ਬਣਾਈਆਂ ਨੇ। ਅਤੇ ਸਪੈਸ਼ਲ ਮੇਰੇ ਐਲੂਮੀਨੀਅਮ ਸ਼ੀਟ ਕਵਰ। ਬਤਾਈਏ ਸਰ, ਆਪਕੋ ਕੈਸਾ ਲਗਾ ਆਪਕੋ ਯਹਾਂ ਪੇ ਆਕੇ ਔਰ ਤਬਲਾ ਕਾ ਕੁਆਲਿਟੀ? One of the best I have ever seen, best I have ever played in my life, actually. Right? I am from South America, the other half of the world, but still I saw so many videos on YouTube, and when I saw my teacher showed me Mr. Jonti's tabla. No, I'm not a star. Sorry, I considered because he's such a wonderful tabla maker, right? That brought my attention among so much others, you know? And I came here especially to get this pair of tabla from him, and I'm very happy. The best quality of all, he's a very great person, so humble, very kind, and best prices also. It's all about how much we love music. He also understands us as musicians. Will you stand it, please? ਸੇਵਾ ਕਰਦਾ ਰਹਾ ਪੰਥ ਦੀ, ਔਰ ਤਬਲਾ ਲਵਰ ਸੀ ਅਤੇ ਮੈਂ ਬੜਾ ਹੀ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਦੇਸ਼ ਪ੍ਰਦੇਸ਼ ਤੋਂ ਸਪੋਰਟ ਕਰ ਰਿਹਾ, ਅਤੇ ਨਾਲ ਹੀ ਮੈਨੂੰ ਜੋ ਅੱਜ ਇਹ ਕੰਮ ਦੇ ਵਿੱਚ ਮੇਰੇ ਮਾਤਾ ਪਿਤਾ, ਮੇਰੇ ਗੁਰੂ ਜੀ ਉਸਤਾਦ ਦੇਵਿੰਦਰ ਸਿੰਘ ਜੀ, ਮੇਰੇ ਉਸਤਾਦ ਪਰਵੇਸ਼ ਖਾਨ ਤਾਰਾ ਖਾਨ ਸਾਹਿਬ ਜੀ, ਜਿਹਨਾਂ ਦੀ ਮੈਂ ਬਦੌਲਤ ਕਰ ਰਿਹਾ, ਉਹਨਾਂ ਵਾਸਤੇ ਅਰਦਾਸ ਕਰੋ ਕਿ ਅੱਜ ਮੈਂ ਉਹਨਾਂ ਦੀ ਬਦੌਲਤ ਹੀ ਹੈ ਕਿ ਉਹ ਹਮੇਸ਼ਾ ਖੁਸ਼ ਰਹਿਣ, ਤੰਦਰੁਸਤ ਰਹਿਣ। ਅਤੇ ਮੇਰੇ ਕੋਲ ਤਾਂ ਕੋਈ ਵਰਸ਼ ਨਹੀਂ ਹੈ, ਮੈਂ ਤੈਅ ਜ਼ਿੰਦਗੀ ਉਹਨਾਂ ਦਾ ਸ਼ੁਕਰ ਗੁਜ਼ਾਰ ਰਹਾਂਗਾ, ਉਹਨਾਂ ਦਾ ਕਰਜ਼ਦਾਰ ਰਹਾਂਗਾ। ਅਤੇ ਸਾਰੀ ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।